ਉਹ ਕਹਿੰਦਾ ਮੈਂ ਮਾਰ ਦੇਣਾ ਸਾਰਿਆਂ ਨੂੰ, ਉਹ ਕਹਿੰਦਾ ਮੇਰੀ ਸਰਕਾਰ ਵਾ ਮੈਂ ਮਾਰਨਾ ਵਾ। ਮੇਰਾ ਬੱਚਾ ਤਰਲੇ ਹੀ ਲੈਂਦਾ ਰਿਹਾ, ਮੰਮੀ ਮੈਨੂੰ ਬਚਾ ਲਾ ਇਹਨਾਂ ਕੋਲੋਂ। ਅਸੀਂ ਉਹ ਕਹਿੰਦਾ ਮੈਂ ਮਾਰ ਦੇਣਾ ਸਾਰਿਆਂ ਨੂੰ, ਉਹ ਕਹਿੰਦਾ ਮੇਰੀ ਸਰਕਾਰ ਵਾ ਮੈਂ ਮਾਰਨਾ ਵਾ। ਮਨਮੀਤ ਨੇ ਮੇਰੇ ਮੁੱਤ ਤੇ ਗੋਲੀ ਮਾਰੀ ਆ, ਇੰਦਰਜੀਤ ਨੇ ਮੇਰੇ ਗੁੱਤ ਤੇ ਗੋਲੀ ਮਾਰੀ ਆ। ਪਹਿਲਾਂ ਇੰਦਰਜੀਤ ਆਇਆ ਵਾ, ਇੰਦਰਜੀਤ ਨੇ ਮੁੜ ਕੇ ਬੰਦੇ ਲਿਆਇਆ ਸੀ ਨਾਲ, ਮੈਨੂੰ ਕੀ ਪਤਾ ਸੀ, ਮੈਂ ਕਿਹਾ ਕੋਈ ਗੱਲ ਕਰਨ ਦਿਆ ਰਵਾ, ਕੋਈ ਰਾਜੀ ਨਾ ਲੈ ਵੀ ਕੋਈ ਗੱਲ ਕਰਨ ਆਇਆ ਵਾ। ਸਾਨੂੰ ਬਾਰ ਬਾਰ ਧਮਕੀਆਂ ਦਿੰਦੇ ਸੀ, ਦਰਵਾਜੇ ਨੂੰ ਲੋਕ ਲਾ ਕੇ ਭੱਜ ਗਿਆ, ਉਹਦੇ ਘਰ ਕੈਮਰੇ ਲੱਗੇ ਪਏ, ਕੈਮਰੇ ਚ ਸਾਰੀ ਰਿਕਾਰਡਿੰਗ ਹੋਈ ਹੋਈ ਆ। ਪੁਲਿਸ ਆਈ ਆ, ਹਲੇ ਕੁਛ ਨੀ ਕੀਤਾ ਹੋਇਆ ਵਾ ਉਹਨਾਂ ਨੇ ਸਾਡਾ, ਮੇਰਾ ਨਾਮ ਮੰਜੂ ਆ, ਮੈਂ ਉਹਦੀ ਵੱਡੀ ਮਾਸੀ ਛੋਟੀ, ਉਹਨੇ ਇਹ ਲੜਾਈ ਬੜੇ ਦਿਨਾਂ ਦੀ ਚੱਲਦੀ ਪਈ ਸੀ, ਗੱਡੀ ਇਹਦੇ ਬੂਹੇ ਅੱਗੇ ਲੱਗੀ, ਗੱਡੀ ਤੋਂ ਇਹਨੇ ਲੜ ਪਿਆ ਸਾਡੇ ਨਾਲ, ਇਹ ਬੜੇ ਦਿਨਾਂ ਦੀ ਇਹਨੇ ਸਲਾਹ ਬਣਾਈ ਸੀ ਮੁੰਡੇ ਨੂੰ ਮਾਰਨ ਦੀ, ਅਸੀਂ ਹੱਥ ਜੋੜੇ, ਇਹਨੇ ਉਹਦੀ ਮਾਂ ਨੂੰ ਵਾਲਾਂ ਤੋਂ ਧੂ ਕੇ ਗਲੀ 'ਚ ਉੱਥੇ ਸੜਕ 'ਤੇ ਸੁੱਟਿਆ, ਉਹ ਵੀਡੀਓ ਸਾਡੇ ਕੋਲ ਵਾ, ਅਸੀਂ ਸਾਰਿਆਂ ਕੋਲ ਗਏ, ਅਸੀਂ ਥਾਣੇ ਵਾਲਿਆਂ ਨੂੰ ਦਿਖਾਈ ਵੀਡੀਓ ਕਿ ਆਹ ਵੇਖੋ ਇਹ ਮਾਰਦੇ ਪਿਆ ਸਾਡੀ ਮਾਂ ਨੂੰ, ਨਾ ਕੋਈ ਥਾਣੇ ਵਾਲੇ ਸਾਡੀ ਸੁਣਵਾਈ ਕਰਦੇ ਸੀ, ਉਹ ਰੋਜ਼ ਕਹਿੰਦੇ ਸੀ ਸ਼ਾਮੀ ਫੈਸਲਾ ਕਰਦੇ ਹਾਂ ਸਵੇਰੇ ਫੈਸਲਾ ਕਰਦੇ ਹਾਂ, ਅੱਜ 15 ਦਿਨ ਹੋ ਗਏ ਸਾਡਾ ਕੋਈ ਫੈਸਲਾ ਨਹੀਂ ਕਰਦੇ, ਉਹ ਵੀ ਕਹਿੰਦਾ ਸੀ ਵੀ ਮੈਂ ਤੁਹਾਡਾ ਫੈਸਲਾ ਕਰ ਦਾਂਗਾ। ਜਸਬੀਰ ਚਾਰ ਪੰਜ ਬੰਦੇ ਆਏ ਆ, ਨਾਲ ਜਸਬੀਰ ਸੀ, ਨਾਲ ਉਹਦਾ ਕੁੱਦਾ ਸੀ, ਕੁੱਦਾ ਅੱਗੇ ਨਹੀਂ ਹੋਇਆ, ਕੁੱਦੇ ਨੇ ਲਾਗੇ ਖਲੋ ਕੇ ਇਹਨਾਂ ਨੇ ਗੋਲੀ ਮਰਵਾਈ ਆ, ਪਹਿਲਾਂ ਮਾਂ ਨੂੰ ਮਾਰੀ ਆ ਸਲੱਗਰ ਮਾਰਿਆ, ਪਿਓ ਨੂੰ ਵੀ ਸਲੱਗਰ ਮਾਰਿਆ, ਉਹਨਾਂ ਨੇ ਕਿਹਾ ਉਹ ਆਪਣੇ ਪੋਤਰੇ ਥੱਲੇ ਵਾਲ ਹੀ ਛਡਾਉਂਦੇ ਰਹਿ ਗਏ, ਵਾਲ ਉਹਨਾਂ ਨੇ ਸਮਝਿਆ ਕਿਤੇ ਵਾਲ ਮਾਂ ਫੜੇ ਇਹਨਾਂ ਨੇ, ਉਹਨੂੰ ਨਹੀਂ ਪਤਾ ਥੱਲੇ ਉਹਨਾਂ ਨੇ ਗੋਲੀ ਵੀ ਮਾਰਤੀ ਆ, ਉਹ ਜਦੋਂ ਉਹਨੇ ਕਿਹਾ ਮੰਮੀ ਮੈਨੂੰ ਗੋਲੀ ਵੱਜ ਗਈ, ਉਹ ਫਿਰ ਭੱਜ ਗਏ ਗੋਲੀ ਮਾਰ ਕੇ, ਫਿਰ ਉਹਨਾਂ ਨੇ ਆਪਣੇ ਬੂਹੇ ਦੇ ਅੱਗੇ ਕੈਮਰੇ ਜਿਹੜੇ ਲੱਗੇ ਸੀ ਉਹ ਵੀ ਲਾ ਕੇ ਲਾ ਗਏ, ਉਹਨਾਂ ਨੇ ਬੂਹੇ ਜਿੱਦਰੇ ਮਾਰ ਕੇ ਭੱਜ ਗਏ ਆ। ਇਹ ਜੀ ਉਹ ਕਹਿੰਦੇ ਸੀ ਅਸੀਂ ਆਪ ਸਾਡੀ ਸਰਕਾਰ ਆ, ਸਾਡੀ ਪਾਰਟੀ ਆ, ਅਸੀਂ ਇਹਨਾਂ ਨੂੰ ਮਰਵਾਉਣਾ ਹੀ ਮਰਵਾਉਣਾ ਵਾ, ਹੁਣ ਉਹ ਕਹਿੰਦੇ ਅਸੀਂ ਇਹਨਾਂ ਦੇ ਘੋ ਸਾਰੇ ਮਾਰਨੇ ਆ, ਉਹ ਸ਼ਰੇਆਮ ਕਹਿੰਦੇ ਆ ਸਾਰੀ ਦੁਨੀਆ ਦੇ ਸਾਹਮਣੇ, ਉਹ ਕਹਿੰਦੇ ਅਸੀਂ ਇਹਨਾਂ ਨੂੰ ਮਾਰਨਾ, ਉਹ ਕਹਿੰਦੇ ਮਾਰ ਦੇਣਾ ਵਾ,
ਅਸੀਂ ਨਹੀਂ ਇਹਨਾਂ ਨੂੰ ਛੱਡਣਾ ਭਾਅ ਜੀ। ਦੇਖੋ ਸਾਨੂੰ ਫੈਸ ਕੋਈ ਨਿਆਂ ਦਵਾਓ, ਕੋਈ ਨਵਾਂ ਨਿਆਂ ਦਵਾਓ, ਸਾਡੇ ਬੱਚਾ ਪਿਆ ਅੰਦਰ, ਇੱਕ ਤਾਂ ਅੱਗੇ ਹੀ ਵੱਜੀ ਆ, ਇਹਦੇ ਸਾਰੇ ਤਾਂ ਅਸੀਂ ਜਿੰਦੇ ਸਾਂ, ਸਾਡਾ ਉਹ ਵੀ ਪਾਤਾ ਇਹਨਾਂ ਨੇ ਮੰਜੇ 'ਤੇ। ਦੱਸੋ ਅਸੀਂ ਕਿੱਧਰ ਨੂੰ ਜਾਈਏ, ਨਾ ਨਿੱਕੇ ਨਿੱਕੇ ਉਰੇ ਬੱਚੇ ਆ, ਮਿਲ ਦੇ ਸਾਹਮਣੇ ਆ। ਅਤੇ ਇਹਨਾਂ ਦੀ ਇੱਕ ਦਿਨ ਨਾ ਗੱਡੀ ਤੋਂ ਨਾ ਗਾਹਕ ਨੇ ਗੱਡੀ ਲਾਈ ਅਤੇ ਇਹਨਾਂ ਦਾ ਮਤਲਬ ਸਾਡੇ ਦਵਾ ਕੀ ਇੱਦਾਂ ਲੜਾਈ ਵਾਸ਼ਿੰਗ ਦਾ ਸਾਡਾ ਕੰਮ ਆ। ਉਦਣ ਵੀ ਇਹਨੇ ਸਾਨੂੰ ਕੁੱਟਿਆ ਵਾ, ਉਹਨੇ ਇਹਨੇ ਕੀ ਇਹਦਾ ਨਾਂ ਨਹੀਂ ਹੁਣ ਤੈਨੂੰ ਗੋਲੀਆਂ ਮਾਰ ਦੇਣੀਆਂ ਵਾ। ਇਹ ਸਾਨੂੰ ਨਾ ਪਹਿਲਾਂ ਵੀ ਮੈਨੂੰ ਮਹੀਨਾ ਪਹਿਲਾਂ ਧਮਕੀਆਂ ਲਾਤੀਆਂ ਸੀ ਵੀ ਮੈਂ ਤੇਰੇ ਪੁੱਤ ਦੇ ਡੇਲੇ ਕੱਢਣੇ ਹੀ ਹੋ, ਮੈਂ ਤੇਰੇ ਪੁੱਤ ਨੂੰ ਗੋਲੀਆਂ ਮਾਰਨੀਆਂ ਹੀ ਮਾਰਨੀਆਂ, ਵਿੱਚ ਤੁਹਾਡੇ ਸਾਰੇ ਟੱਬਰ ਨੂੰ ਗੋਲੀਆਂ ਮਾਰਨ। ਝਗੜੇ ਦਾ ਕਾਰਨ ਸੀ ਗਾਹਕ ਆਇਆ, ਗਾਹਕ ਨੇ ਗੱਡੀ ਵੀ ਸਾਡੇ ਬੂਵੇ ਗਾੜੀ ਲਾਈ ਕਿ ਉਹ ਅਸੀਂ ਜਗ੍ਹਾ ਖਰੀਦੀ ਆ ਅਤੇ ਉੱਥੇ ਗੱਡੀ ਲੱਗੀ ਸੀ, ਉਹ ਕਹਿੰਦਾ ਇੱਥੇ ਗੱਡੀ ਕਿਉਂ ਲਾਈ ਆ ਤੁਸੀਂ, ਉਹਦਾ ਮਕਾਨ ਨਹੀਂ ਹੈਗਾ, ਉਹ ਸਾਡੀ ਉਹਦਾ ਵਿੱਚ ਕੋਈ ਉਹਨੇ ਦਫ਼ਤਰ ਬਣਾਇਆ ਵਾ, ਆਮ ਪਾਰਟੀ ਦਾ ਦਫ਼ਤਰ ਬਣਾਇਆ ਉਹਨੇ ਆਪਣੇ ਘਰ ਦੇ ਵਿੱਚ, ਆਮ ਪਾਰਟੀ ਦਾ ਦਫ਼ਤਰ ਬਣਾਇਆ ਵਾ। ਉਹਨੇ ਮੈਨੂੰ ਸ਼ਰੇਆਮ ਧਮਕੀਆਂ ਲਾਈਆਂ ਸੀ ਵੀ ਮੇਰੇ ਅੰਦਰ ਹੁਣ ਵੀ ਗੋਲੀਆਂ ਮਾਰਦੀਆਂ, ਮੈਂ ਤੇਰੇ ਮੁੰਡੇ ਨੂੰ, ਇੱਕ ਤੇਰਾ ਮੁੰਡਾ ਅੱਗੇ ਵੱਜੀ ਆ, ਮੈਂ ਦੂਜਾ ਤੇਰਾ ਮੁੰਡਾ ਵੱਜੀ ਕਰ ਦੇ, ਅੱਜ ਰਾਜ਼ੀਨਾਮਾ ਹੋਣਾ ਸੀ ਅਤੇ ਰਾਜ਼ੀਨਾਮਾ ਆਪਾਂ ਕਿਹਾ ਵੀ ਚੱਲ ਕੱਲ੍ਹ ਕਰ ਲਾਂਗੇ, ਨਿਬੜ ਜਾਵਾਂਗੇ ਬੜੇ ਦਿਨਾਂ ਦਾ। ਅਸੀਂ ਰਾਜ਼ੀਨਾਮੇ ਲਈ ਤਿਆਰ ਹੋਏ ਸਾਂ ਪਰ ਸਾਨੂੰ ਨਹੀਂ ਸੀ ਪਤਾ ਵੀ ਇਹਨਾਂ ਨੇ ਜਿਹੜੀਆਂ ਧਮਕੀਆਂ ਲਾਈਆਂ ਉਹ ਸੱਚ ਕਰਨੀਆਂ, ਹਲੇ ਬੈਠੇ ਹਲੇ ਬੈਠੇ ਅੱਜ ਉਹ ਚਰੇ ਚਰੇ ਸ਼ਰੇਆਮ ਉਹ ਘਰ ਆਇਆ ਵਾ, ਸ਼ਰੇਆਮ ਉਹਨਾਂ ਨੇ ਆਣ ਕੇ ਮੇਰੇ ਬੂਹੇ ਗਾੜੀ ਬੋਲ ਮਾਰੀਆਂ ਵਾ, ਅਸੀਂ ਬੂਹੇ ਗਾੜੀ ਸਾਡੇ ਕੋਲ ਵੀਡੀਓ ਹੈਗੀ ਆ। ਮੈਂ ਸਮਝਦਾ ਵੀ ਅੱਜ ਦੀ ਜਿਹੜੀ ਘਟਨਾ ਗਵਾਲਪੰਡੀ ਦੇ ਵਿੱਚ ਵਾਪਰੀ ਹੈ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਅੱਜ ਆਮ ਆਦਮੀ ਪਾਰਟੀ ਦੇ ਜੋ ਕਿ MLA ਡਾਕਟਰ ਜਸਵੀਰ ਸਿੰਘ ਸੰਧੂ ਦਾ ਆਪਣੇ ਆਪ ਨੂੰ ਜਿਹੜਾ ਸਾਲਾ ਕਹਿੰਦਾ ਹੈ, ਪਤਾ ਨਹੀਂ ਉਹ ਸਾਲਾ ਜਾਂ ਖੋਤੀ ਸਾਲਾ ਰੱਬ ਜਾਣੇ, ਉਹਦੇ ਵੱਲੋਂ ਔਰ ਉਹਦੇ ਇੱਕ ਸਾਥੀ ਪ੍ਰੀਤ ਮਦਾਨ ਵੱਲੋਂ ਜੋ ਕਿ ਆਮ ਆਦਮੀ ਪਾਰਟੀ ਦਾ ਵਲੰਟੀਅਰ ਵੀ ਹੈ ਅਤੇ ਆਪਣੇ ਆਪ ਨੂੰ ਇਸ ਵਾਰਡ ਦਾ ਇੰਚਾਰਜ ਵੀ ਦੱਸਦਾ ਹੈ, ਅੱਜ ਬੜੇ ਸਰੇਆਮ ਇਲਾਕੇ ਵਿੱਚ ਜਾ ਕੇ ਗੁੰਡਾਗਰਦੀ ਕੀਤੀ ਗਈ, ਉਹਨਾਂ ਵੱਲੋਂ ਗੋਲੀ ਚਲਾਈ ਗਈ ਹੈ। ਔਰ ਮੈਂ ਸਮਝਦਾ ਵੀ ਇੱਕ ਆਮ ਆਦਮੀ ਪਾਰਟੀ ਦੀ ਜੋ ਕਿ ਆਪਣੇ ਆਪ ਨੂੰ ਬਦਲਾਵ ਦਾ ਕਹਿ ਕੇ ਐਸੀ ਵੀ ਅਸੀਂ ਪੰਜਾਬ ਦੇ ਵਿੱਚ ਨਵਾਂ ਬਦਲਾਵ ਲਿਆਵਾਂਗੇ, ਇੱਕ ਐਸਾ ਬਦਲਾਵ ਆ ਰਿਹਾ ਹੈ ਵੀ ਜਿਹੜੇ ਲਗਾਤਾਰ ਆਹ ਵੀ ਜਿਹੜੇ ਜ਼ਿੰਮੇਦਾਰ ਬੰਦੇ ਨੇ ਗੋਲੀਆਂ ਚਲਾ ਰਹੇ ਨੇ ਔਰ ਲੋਕਾਂ ਨੂੰ ਮਾਰ ਰਹੇ ਨੇ। ਔਰ ਅੱਜ ਦੇਖੋ ਪਰਿਵਾਰ ਦਾ ਕੀ ਬੁਰਾ ਹਾਲ ਹੈ ਔਰ ਇਸ ਵੇਲੇ ਉਹ ਲੜਕਾ ਬੜੀ ਕ੍ਰਿਟੀਕਲ ਕੰਡੀਸ਼ਨ 'ਚ ਹੈ, ਔਰ ਮੈਂ ਸਮਝਦਾ ਵੀ ਇਹਦੀ ਜਿੰਨੀ ਵੀ ਨਿੰਦਿਆ ਔਰ ਨਿਖੇਧੀ ਕੀਤੀ ਜਾਵੇ ਥੋੜ੍ਹੀ ਆ, ਔਰ ਕਮਿਸ਼ਨਰ ਸਾਹਿਬ ਨੂੰ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਇਹ ਬੇਨਤੀ ਕੀਤੀ ਜਾਂਦੀ ਆ ਵੀ ਬਿਨਾਂ ਕਿਸੇ ਸਰਕਾਰ ਦੇ ਪ੍ਰੈਸ਼ਰ ਤੋਂ ਆ ਕੇ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਤਾਂ ਕਿ ਵੀ ਇਸ ਪਰਿਵਾਰ ਨੂੰ ਇਨਸਾਫ ਮਿਲ ਸਕੇ। ਉਹਨਾਂ ਦੇ ਰਿਸ਼ਤੇਦਾਰ ਵੀ ਹੈ, ਉਹਨਾਂ ਦੇ ਸਪੋਰਟਰ ਵੀ ਆ, ਔਰ ਉਹ ਇਹੋ ਹੀ ਗੱਲ ਕਹਿੰਦੇ ਸਨ ਵੀ ਸਾਨੂੰ MLA ਦੀ ਸ਼ਹਿਬ ਆ, ਸਰਕਾਰ ਸਾਡੀ ਆ, ਸਾਡਾ ਕੋਈ ਕੁਛ ਵਿਗਾੜ ਨਹੀਂ ਸਕਦਾ, ਕਾਨੂੰਨ ਨੂੰ ਛਿੱਕੇ ਟੰਗਿਆ ਹੋਇਆ ਇਹਨਾਂ ਨੇ ਔਰ ਗੁੰਡਾਗਰਦੀ ਕਰਦੇ ਨੇ ਔਰ ਲੋਕਾਂ ਨੂੰ ਡਰਾਉਂਦੇ ਨੇ ਵੀ ਜੇ ਤੁਸੀਂ ਸਾਡੇ ਨਾਲ ਨਹੀਂ ਚੱਲੋਗੇ ਤਾਂ ਤੁਹਾਡੇ ਨਾਲ ਗਾਂ ਵਿੱਚ ਜਾਇਜ਼ ਨਜਾਇਜ਼ ਪਰਚੇ ਜਿਹੜੇ ਦਰਜ ਕੀਤੇ ਜਾ ਸਕਦੇ ਆ। ਤੁਸੀਂ ਦੇਖੋ ਜੀ ਜਦੋਂ ਦੀ 2 ਸਾਲ ਹੋ ਗਏ ਸਰਕਾਰ ਬਣੀ ਨੂੰ, ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ, ਔਰ ਪਹਿਲਾਂ ਤਾਂ ਇਹ ਕਹਿ ਰਹੇ ਸਨ ਗੈਂਗਸਟਰ ਜਿਹੜੇ ਆ ਉਹ ਸਰ ਮਾਹੌਲ ਖਰਾਬ ਕਰ ਰਹੇ ਨੇ, ਹੁਣ ਤਾਂ ਮੌਜੂਦਾ ਸਰਕਾਰ ਦੇ ਚੁਣੇ ਨੁਮਾਇੰਦੇ ਮਾਹੌਲ ਖਰਾਬ ਕਰ ਰਹੇ ਨੇ, ਇਹ ਬਦਲਾਵ ਨਹੀਂ ਸਿਰਫ ਬਦਲੇ ਦੀ ਜਿਹੜੀ ਰਾਜਨੀਤੀ ਕੀਤੀ ਜਾ ਰਹੀ ਹੈ। ਸ਼ੰਕਾ ਹੈ ਜੀ ਵੀ ਸਰਕਾਰ ਮੌਜੂਦਾ MLA ਸਰਕਾਰ ਦਾ ਕਿਤੇ ਨਾ ਕਿਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇਗਾ, ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਅੰਮ੍ਰਿਤਸਰ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਬਹੁਤ ਹੀ ਇਮਾਨਦਾਰ ਅਤੇ ਬਹੁਤ ਵਧੀਆ ਨੇ ਔਰ ਉਹ ਕਿਸੇ ਦਬਾਅ ਵਿੱਚ ਆਉਣਗੇ ਨਹੀਂ, ਪੂਰੀ ਆਸ ਹੈ ਜੀ ਸਾਨੂੰ। ਮੇਰੀ ਸਮਝ ਲਓ ਜੀ ਜ਼ਿੰਦਗੀ ਦੀ ਬੜੀ ਵੱਡੀ ਗਲਤੀ ਸੀ ਔਰ ਮੈਂ ਬੜੇ ਠੀਕ ਸਮੇਂ 'ਤੇ ਆ ਕੇ
ਇਹੋ ਜਿਹੀ ਪਾਰਟੀ ਨੂੰ ਇਹੋ ਜਿਹੀ ਸਰਕਾਰ ਨੂੰ ਛੱਡ ਦਿੱਤਾ, ਕਿਉਂਕਿ ਸਰਕਾਰ ਨੂੰ ਛੱਡਣਾ ਬੜਾ ਔਖਾ ਹੁੰਦਾ, ਲੇਕਿਨ ਸਰਕਾਰ ਦੀ ਨੀਤੀਆਂ ਵੇਖ ਕੇ ਔਰ ਖਾਸ ਕਰਕੇ MLA ਸਾਹਿਬ ਦਾ ਆਲਾ ਦੁਆਲਾ ਵੇਖ ਕੇ ਮੈਂ ਇਸ ਪਾਰਟੀ ਨੂੰ ਜਿਹੜੀ ਆ ਅਲਵਿਦਾ ਕਿਹਾ ਸੀ। ਮੇਰਾ ਨਾਮ ਮੋਨਿਕਾ ਹੈ, ਮੈਂ ਸਾਜਨ ਦੀ ਵੱਡੀ ਭੈਣ ਹਾਂ ਅਤੇ ਇਹਨਾਂ ਦੀ ਥੋੜ੍ਹਾ ਦਿਨ ਪਹਿਲਾਂ ਹਫ਼ਤਾ ਹੋ ਗਿਆ ਵਾ, ਇਹਨਾਂ ਦੀ ਲੜਾਈ ਹੋਈ ਸੀ। ਸਾਡਾ ਵਾਸ਼ਿੰਗ ਸੈਂਟਰ ਦਾ ਕੰਮ ਹੈ, ਗੱਡੀ ਵਾਲੇ ਨੇ ਆ ਕੇ ਗੱਡੀ ਸਾਡੇ ਬੂਹੇ ਦੇ ਅੱਗੇ ਹੀ ਲਾਈ ਆ, ਸਿਰਫ ਇੰਨੀ ਕੁ ਹੈੱਡਲਾਈਟ ਅੱਗੇ ਸੀਗੀ ਬਸ। ਹੁਣ ਇਹਨਾਂ ਨੂੰ ਬੋਲ ਲੈਂਦੇ ਹੋ ਨਾ, ਗੱਡੀ ਵਾਲੇ ਨੇ ਜਿਹੜੇ ਧਵਾਨ ਆਉਂਦੇ ਆ ਉਹਨਾਂ ਨੇ ਗੱਡੀ ਆ ਕੇ ਲਾਈ, ਉਹਨਾਂ ਨੂੰ ਨਹੀਂ ਪਤਾ ਮਾੜਾ ਜਿਹਾ ਦਫ਼ਤਰ ਸਾਡੀ ਕੰਧ ਦੇ ਨਾਲ ਹੀ ਆਮ ਪਾਰਟੀ ਦੇ ਬੰਦਿਆਂ ਦਾ ਵਾ। ਉਹ ਗੱਡੀ ਥੋੜ੍ਹੀ ਜਿਹੀ ਉਹ ਕੋਲ ਅੱਗੇ ਲੱਗ ਗਈ ਜਿੱਥੋਂ ਲੜਾਈ ਉਸ ਟਾਈਮ ਵਧੀ, ਉਸ ਟਾਈਮ ਵਧੀ ਲੜਾਈ। ਇਹਨਾਂ ਨੇ ਕੀ ਨਾਮ ਦਾ ਇਹਨਾਂ ਦੀ ਲੜਾਈ ਹੋਈ, ਬਹਿਸ ਬਸਾਈ ਹੋਈ, ਕੁਦੇ ਉਹਨੇ ਜਿਹੜੇ ਬੰਦੇ ਦੇ ਘਰ 'ਚ ਦਫ਼ਤਰ ਬਣਿਆ ਆਮ ਪਾਰਟੀ ਦੇ ਬੰਦੇ ਦਾ, ਉਹਨਾਂ ਨੇ ਮਤਲਬ ਕਿ ਇਹਨਾਂ ਦੀ ਗਾਲੀ ਗਲੋਚ ਹੋਇਆ, ਮੰਮੀ ਨੇ ਵੀ ਉਹਦੇ ਥੱਪੜ ਮਾਰਤਾ, ਉਹਨੇ ਮੰਮੀ ਦੇ ਜ਼ੋਰ ਸੀ ਥੱਪੜ ਮਾਰਤਾ, ਇੱਥੋਂ ਹੱਥੋਂ ਪਾਈ ਹੋ ਗਈ ਇਹਨਾਂ ਦੀ, ਕਿਉਂਕਿ ਜੇ ਇਹਦੀ ਮੰਮੀ ਦੇ ਥੱਪੜ ਮਾਰਿਆ ਤਾਂ ਉਹ ਨੈਚੁਰਲੀ ਹੱਥਾਂ 'ਚ ਮਤਲਬ ਕਿ ਹੋਏਗਾ ਹੀ ਗੱਲਬਾਤ, ਇਹਨਾਂ ਦੀ ਲੜਾਈ ਝਗੜਾ ਹੱਥੋਂ ਪਾਈ ਹੋ ਗਏ। ਉਸ ਟਾਈਮ ਸੁਲ੍ਹਾ ਸਫਾਈ ਹੋ ਗਈ, ਠੀਕ ਹੈ, ਇਹ ਕਹਿੰਦੇ ਵੀ ਤੁਹਾਡੇ ਉਸ ਟਾਈਮ ਇਹਨਾਂ ਦੀ ਸ਼ਾਂਤੀ ਹੋ ਗਈ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਚਲੋ ਵੀ ਅਸੀਂ ਕਿਹਾ ਵੀ ਸੁਲ੍ਹਾ ਸਫਾਈ ਕਰਾ ਦਿਓ, ਇਹਨਾਂ ਦੀ ਸੁਲ੍ਹਾ ਸਫਾਈ ਕਰਾ ਦਿਓ, ਫੈਸਲਾ ਕਰਾ ਦਿਓ, ਰਾਜ਼ੀਨਾਮਾ ਕਰਵਾ ਦਿਓ। ਆਮ ਪਾਰਟੀ ਦੇ ਜਿਹੜੇ MLA ਜਿਹੜੇ ਵੀ ਵੱਡੇ ਅਫਸਰ ਹੈਗੇ ਸਾਰਿਆਂ ਕੋਲ ਗਏ, ਜਿਹੜੇ ਆਮ ਪਾਰਟੀ ਦੇ ਬੰਦੇ ਵੀ, ਸਰ ਇਹਨਾਂ ਦੀ ਲਾਗੇ ਹੀ ਦਫ਼ਤਰ ਹੈਗਾ ਤੁਹਾਡਾ, ਜਸਵੀਰ ਹੁਣਾਂ ਕੋਲ ਵੀ ਗਏ ਇਹਨਾਂ ਦੇ ਨਾਲ ਦੇ ਦਫ਼ਤਰ 'ਚ ਕੀਤਾ ਵੀ ਚਲੋ ਭਾਈ ਹੁਣ ਜੋ ਵੀ ਹੋਇਆ ਸੁਲ੍ਹਾ ਸਫਾਈ ਕਰ ਲਵੋ। ਰਾਜੇ ਡਾਕਟਰ ਜਸਵੀਰ ਦਾ ਸਾਲਾ ਹੈ, ਕਹਿੰਦਾ ਮੈਂ ਸਾਲਾ ਵਾਂ, ਮੈਂ ਪਰਚਾ ਲਗਾ ਕਰ ਪਰਚੇ ਹੀ ਕਰਾਉਣੇ ਆ ਤੁਹਾਡੇ ਦੇ ਉੱਤੇ, ਸਾਰੇ ਟੱਬਰ ਦੇ ਉੱਤੇ ਪਰਚੇ ਕਰਾਉਣੇ ਆ ਜਿੱਥੋਂ ਲੜਾਈ ਵਧੀ। ਫਿਰ ਅਸੀਂ ਕਿਹਾ ਵੀ ਚਲੋ ਕੋਈ ਨਹੀਂ ਭਾਈ ਸੁਲ੍ਹਾ ਸਫਾਈ ਕਰੋ, ਅਸੀਂ ਰਾਜ਼ੀਨਾਮੇ ਵਾਸਤੇ ਸਾਰ ਜਗ੍ਹਾ ਗਏ ਇਹਨਾਂ ਦੇ ਆਮ ਪਾਰਟੀ ਦੇ ਬੰਦਿਆਂ ਕੋਲ, ਪਰ ਇਹਨਾਂ ਨੇ ਰਾਜ਼ੀਨਾਮਾ ਨਹੀਂ ਕੀਤਾ। ਕਹਿੰਦੇ ਕਰ ਲੈਂਦੇ, ਅੱਜ ਟਾਲੀ ਜਾਂਦੇ ਸੀ, ਕੱਲ੍ਹ ਟਾਲੀ ਜਾਂਦੇ ਸੀ, ਕਰ ਲੈਂਦੇ। ਉਸ ਤੋਂ ਬਾਅਦ ਆ ਹਫ਼ਤੇ ਬਾਅਦ ਉਹਨਾਂ ਨੇ ਉਹਨੂੰ ਮੁੰਡੇ ਨੂੰ ਹੁਣ ਘਰੋਂ ਖੜ ਕੇ ਉਹਨੂੰ ਧਮਕੀਆਂ ਕਿਤੇ ਲਾਉਂਦੇ ਰਹੇ ਆ। ਉਹਨੇ ਮੁੰਡੇ ਨੇ ਘਰ ਆਪਣੇ ਦੱਸਿਆ ਨਹੀਂ ਵੀ ਮੈਨੂੰ ਲਾਉਂਦੇ, ਘਰ ਦੇ ਵੀ ਪਰੇਸ਼ਾਨ ਹੋਣਗੇ। ਅਤੇ ਉਹਨੇ ਕੀ ਕੀਤਾ ਵਾ, ਉਹ ਘਰ ਹੀ ਬੈਠਾ ਸੀ, ਇਸ ਟਾਈਮ ਵੀ ਉਹ ਘਰ ਹੀ ਇਕੱਲਾ ਹੀ, ਅਤੇ ਮੰਮੀ ਪਾਪਾ ਸੀ ਮੇਰੇ ਕੋਲ ਅਤੇ ਉਹ ਘਰ ਇਕੱਲਾ ਸੀ, ਅਤੇ ਜੇ ਉਹਨੂੰ ਉੱਥੋਂ ਹੀ ਧੂ ਕੇ ਅਤੇ ਉੱਥੇ ਹੀ ਹੁਣ ਇਸ ਟਾਈਮ ਸਾਰੀ ਕਾਰਵਾਈ ਇਹਨਾਂ ਨੇ ਕੀਤੀ, ਪਲੈਨਿੰਗ ਬਣਾ ਕੇ ਆਮ ਪਾਰਟੀ ਦੇ ਬੰਦਿਆਂ ਨੇ। ਅਸੀਂ ਪੁਤਲੀ ਘਰ ਦੇ ਮੇ ਰਹਿਣ ਵਾਲੇ ਆ, ਗਵਾਲ ਮੰਡੀ ਦੇ। ਕਾਰਵਾਈ ਕੋਈ ਨਹੀਂ ਹੋਈ ਇਸ ਟਾਈਮ, ਆ ਪੁਲਿਸ ਦੇ ਗੋਲੀ ਚਲਾਈ ਉਹਨਾਂ ਨੇ, ਪਹਿਲੇ ਉਹਨਾਂ ਦੇ ਮੰਮੀ ਪਾਪਾ ਨੂੰ ਕੁੱਟਿਆ ਵਾ, ਤੇ ਉਹਨਾਂ ਨੂੰ ਮੁੰਡੇ ਜਿਹੜਾ ਸਾਜਨ ਮੁੰਡਾ ਵਾ ਉਹਨੂੰ ਬਾਹਰ ਕੱਢ ਕੇ ਚੱਲੇ ਆ, ਉਹਨੇ ਫਿਰ ਗੋਲੀ ਮਾਰੀ ਆ। ਹਾਂਜੀ ਹਾਂਜੀ, ਉੱਥੇ ਆਈ ਆ, ਸਾਡੇ ਤੇ ਨਹੀਂ ਲੱਗੀ, ਉਹਨਾਂ ਦੇ ਆਪਣੇ ਦਫ਼ਤਰ ਦੇ ਵਿੱਚ ਲੱਗੀਆਂ ਹੋਈਆਂ ਸੀ, ਉਹਨਾਂ ਨੇ ਪਹਿਲਾਂ ਹੀ ਕਿਹਾ ਦਾ ਸੀ। ਹੁਣ ਮੰਗ ਕੀ ਕਰਦੇ ਹੋ ਜੀ? ਅਸੀਂ ਮੰਗ ਇਨਸਾਫ ਦਾ ਕਰਦੇ ਆ, ਤੇ ਨਾਲੇ ਉਥੋਂ ਆਮ ਪਾਰਟੀ ਦੇ ਦਫ਼ਤਰ ਆ ਉਹਨਾਂ ਦਾ ਵੀ ਚੁਕਾਇਆ ਜਾਵੇ ਦਫ਼ਤਰ ਵੀ। ਮੇਰਾ ਛੋਟਾ ਭਰਾ ਹੈ, ਉਹਨਾਂ ਦੀ ਹਜੇ ਸਿਰਫ 20-22 ਸਾਲ ਹੀ ਇੰਨੀ ਕੀ ਉਮਰ ਹੈਗੀ ਆ, ਛੋਟੀ ਉਮਰ ਦਾ ਵਿਆਹ ਹੋਇਆ ਵਾ, ਦੋ ਬੱਚੇ ਆ, ਪੁਲਿਸ ਆਈ ਆ, ਪਰ ਇਨਸਾਫ ਨਹੀਂ ਹੋਇਆ ਸਾਡੇ ਨਾਲ, ਸਗੋਂ ਇਹਨਾਂ ਨੇ ਸਾਡੇ ਭਰਾ ਨੂੰ ਮਾਰ ਕੇ ਦਿੱਤਾ ਸਗੋਂ। ਮੰਮੀ ਮੇਰਾ ਨਾਮ ਦੀਪਕ ਮਲਹੋਤਰਾ ਜੀ ਜਨਾਬ, ਇਹ ਮੇਰਾ ਸਾਲਾ ਵਾ ਜੀ, ਇਹ 2-3 ਦਿਨ ਹੋ ਗਏ ਆ, ਪਹਿਲਾਂ ਵੀ ਇਹਨਾਂ ਨੂੰ ਰਾਜ਼ੀਨਾਮੇ ਵਾਸਤੇ ਕਿੰਨੇ ਦਿਨਾਂ ਦੇ ਕਹਿਣ ਨਹੀਂ, ਪਰ ਇਹ ਰਾਜ਼ੀਨਾਮੇ ਵਾਸਤੇ ਬੁਲਾਉਂਦੇ ਸਾਨੂੰ ਪਏ ਸੀ, ਸਾਨੂੰ ਤਾਂ ਇਹ ਡਰ ਸੀ ਕਿਤੇ ਉੱਥੇ ਜਾ ਕੇ ਵੀ ਸਾਡੇ ਗੋਲੀਆਂ ਨਾ ਮਾਰਦੇ ਨੇ। ਉਹੀ ਗੱਲ ਹੋਈ, ਇਹਨਾਂ ਨੇ ਘਰ ਦੇ ਬਾਹਰ ਆ ਕੇ 5-7 ਮੁੰਡੇ ਗੱਡੀ 'ਚ ਆਏ ਆ, 3 ਮੁੰਡੇ ਮੋਟਰਸਾਈਕਲ ਦੇ ਉੱਤੇ ਆਏ ਆ, ਜਿਨ੍ਹਾਂ ਨੇ ਆਉਂਦੇ ਇੱਥੇ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ, ਮੰਮੀ ਦੇ ਵੀ ਹੱਥੀਂ ਪਏ ਆ, ਡੈਡੀ ਦੇ ਵੀ ਹੱਥੀਂ ਪਏ ਆ। ਗੋਲੀ ਮਾਰੀ ਕਿੰਨੇ ਆ ਦੱਸੋ? ਗੋਲੀ ਸਰ ਉਹਨਾਂ ਦੇ ਨਾਲ ਡਾਕਟਰ ਜਸਵੀਰ ਦਾ ਜਿਹੜਾ ਸਾਲਾ ਨਾ, ਉਹ ਮੁੰਡੇ ਲੈ ਕੇ ਆਇਆ, ਉਹਨਾਂ 'ਚੋਂ ਮੁੰਡਿਆਂ ਨੇ ਗੋਲੀਆਂ ਮਾਰੀਆਂ ਵਾ। ਦੇਖਿਆ ਕਿਹਨੂੰ ਗੋਲੀ ਮਾਰਦੇ? ਪਛਾਣ ਸਰ ਹੁੰਦੇ, ਅਸੀਂ ਆਪ ਮੌਕੇ 'ਤੇ ਨਹੀਂ, ਜਿਹਨੇ ਵੱਜੀਆਂ ਉਹਨੇ ਸਾਨੂੰ ਸਾਰੀ ਗੱਲ ਦੱਸੀ, ਉਹਨੇ ਸਾਨੂੰ ਦੱਸਿਆ ਵੀ ਇਹਨਾਂ ਨੇ ਗੋਲੀਆਂ ਮਾਰੀਆਂ। ਰਾਜਨੀਤਿਕ ਪਾਰਟੀ ਤੋਂ? ਰਾਜਨੀਤਿਕ ਪਾਰਟੀ ਆਮ ਆਦਮੀ ਪਾਰਟੀ ਦੇ MLA ਦੀ ਸ਼ਹਿ ਦੇ ਨਾਲ ਹੋਇਆ ਜੀ, ਡਾਕਟਰ ਜਸਵੀਰ ਦੀ।
ਡਾਕਟਰ ਜਸਬੀਰ ਦੀ ਸ਼ਹਿਣ ਆ, ਪੁਨੀਤ ਵਾ, ਪੁਨੀਤ ਹੈਗਾ, ਉਹਨੇ ਨਾਲ ਦੇ ਬੰਨੇ ਸਾਡੇ ਘਰ ਦੇ ਨਾਲ ਦਫ਼ਤਰ ਬਣਾਇਆ ਜੀ ਆਮ ਆਦਮੀ ਪਾਰਟੀ ਦਾ। ਉਸੇ ਆਮ ਆਦਮੀ ਪਾਰਟੀ ਦੇ ਵਿੱਚ ਹੀ ਸਾਨੂੰ ਇਹ ਚੁੱਲ ਵੇੜਦਾ ਫਿਰਦਾ ਵਾ, ਕਹਿੰਦਾ ਜੀ ਸਾਡੀ ਸਰਕਾਰ ਵਾ, ਅਸੀਂ ਤੁਹਾਨੂੰ ਵੇਖ ਲਾਂਗੇ, ਤੁਸੀਂ ਕੀ ਕਰ ਸਕਦੇ ਜੀ ਸਾਡਾ। ਪੁਨੀਤ ਕੌਣ ਹੈਗਾ? ਪੁਨੀਤ ਸਰ ਇਲੈਕਸ਼ਨ ਲੜਨ ਨੂੰ ਫਿਰਦਾ ਇੱਥੋਂ ਆਮ ਆਦਮੀ ਪਾਰਟੀ ਵੱਲੋਂ। ਸਰ ਸਾਡੀ ਮੰਗ ਹੈਗੀ ਹੈ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜਿਆ ਜਾਵੇ, ਕਾਰਵਾਈ ਕੀਤੀ ਜਾਵੇ, ਪਰਚਾ ਦੇਣ, ਅਤੇ ਜੋ ਬਣਦੀ ਕਾਰਵਾਈ ਉਹਨਾਂ 'ਤੇ ਕੀਤੀ ਜਾਵੇ, ਸਾਨੂੰ ਇਨਸਾਫ ਦਿੱਤਾ ਜਾਵੇ। ਇਹ ਤਾਂ ਪੁਲਿਸ ਨਹੀਂ ਗਈ ਮੌਕੇ ਤੋਂ, ਹੁਣ ਜਾ ਕੇ ਪੁਲਿਸ ਨੇ ਵੇਖਿਆ, ਸਾਰੀ ਵੈਰੀਫਿਕੇਸ਼ਨ ਕੀਤੀ ਆ ਕੈਮਰਿਆਂ ਦੇ ਵਿੱਚ, ਇਹਨਾਂ ਦੀ ਰਿਕਾਰਡਿੰਗ ਉੱਥੇ DVR ਇਹਨਾਂ ਦੇ ਅੰਦਰ ਕਮਰੇ 'ਚ ਪਿਆ ਵਾ, ਸਾਨੂੰ ਤਾਂ ਇਹ ਡਰ ਆ ਵੀ ਉਹ DVR ਨਾ ਅੰਦਰੋਂ ਕੈਪ ਕਰ ਦੇਣ, ਉਹਦੇ ਵਿੱਚ ਸਾਰੀ ਵੀਡੀਓ ਆਈ ਹੋਣੀ ਇਹਨਾਂ ਦੀ। ਮੈਨੂੰ ਨਹੀਂ ਭਾਅ ਜੀ ਪਤਾ, ਮੈਂ ਕੋਠੇ 'ਤੇ ਸੀ, ਮੈਂ ਕੋਠੇ ਥੱਲੇ ਜਦੋਂ ਆਈ ਸੀ ਤੋ ਗਏ ਸੀ ਮਾਰਨ, ਮੇਰੀ ਗੁੜੀਆ ਨਹੀਂ ਠੀਕ, ਮੈਂ ਭੱਜੀ ਆਈ ਸੀ ਤੋ ਮਾਰ ਕਟਾਈ ਕਰਨ ਦੇ ਬਹੁਤ ਜ਼ਿਆਦਾ, ਮੈਂ ਉਸੇ ਵੇਲੇ ਫਿਰ ਉਹਨਾਂ ਦੇ ਵਿੱਚ ਪਈ, ਪਰ ਉਹ ਮਾਰੀ ਜਾਂਦੇ ਸੀ। ਗੋਲੀ ਵੀ ਮਾਰੀ ਹੈ ਜੀ ਉਹਨਾਂ? ਹਾਂਜੀ ਜੀ, ਗੋਲੀ ਵੀ ਵੱਜੀ ਉਹਨੂੰ। ਹਾਲਾਤ ਬਹੁਤ ਜ਼ਿਆਦਾ ਮਾੜੇ ਸੀ, ਮੈਂ ਤੇ ਬਸ ਵੇਖਦੀ ਰਹਿ ਗਈ, ਮੈਂ ਤੇ ਆਵਾਜ਼ਾਂ ਹੀ ਦਿੰਦੀ ਰਹੀ, ਚੀਕਾਂ ਮਾਰਦੀ ਰਹੀ ਉੱਥੇ ਆਉਣ ਗਵਾਂਢ 'ਚ। ਮੈਨੂੰ ਨਹੀਂ ਪਤਾ, ਪਛਾਤੀ ਸੀ, ਗਵਾਂਢੀਆਂ ਨਾਲ ਜ਼ਰੂਰ ਇਹਨਾਂ ਦੀ ਹੋਈ ਆ, ਗਵਾਂਢੀਆਂ ਨਾਲ ਜ਼ਰੂਰ ਹੋਈ ਇਹਨਾਂ ਦੀ, ਮੁੰਡੇ ਨਹੀਂ ਮੈਂ ਵੇਖੇ ਕੌਣ। ਆਮ ਪਾਰਟੀ ਦੇ ਦਫ਼ਤਰ ਵਾਲਿਆਂ ਨੇ ਦਫ਼ਤਰ ਬਣਾਇਆ, ਉਹ ਜ਼ਰੂਰ MLA ਖਲੋਤਾ ਸੀ। ਹਾਂ ਇਹਨਾਂ ਦੀ ਗਵਾਂਢੀਆਂ ਨਾਲ ਹੋਈ ਆ ਜੀ ਲੜਾਈ, ਇੰਦਰਜੀਤ ਮੇਰੇ ਹਸਬੰਡ ਆ, ਮੇਰੇ ਹਸਬੰਡ ਬੱਚੇ ਉਹਦੇ ਛੋਟੇ ਬੱਚੇ ਮਾਰ ਜਿਹੜਾ, ਅਸੀਂ ਉਹਦਾ ਸਟੇਟਮੈਂਟ ਲੈ ਕੇ ਉਸ ਤੋਂ ਬਾਅਦ ਹੀ ਤੁਹਾਨੂੰ ਕੋਈ ਡਿਸਕਲੋਜ਼ ਕਰਾਂਗੇ ਜੀ ਸਰ। ਹਾਂਜੀ, ਸਾਜਨ ਹੈ ਇਹਦੀ ਕੋਈ ਲੜਾਈ ਹੋਈ ਹੈ ਇਹਨਾਂ ਦੀ, ਕੋਈ ਗੱਡੀ ਗੁੱਡੀ ਲਾਉਣ ਤੋਂ ਕੋਈ ਲੜਾਈ ਹੋਈ ਹੈ, ਇਹ ਇੰਦਰਜੀਤ ਦੱਸ ਰਿਹਾ, ਕੋਈ ਇੰਦਰਜੀਤ ਨਾਂ ਦਾ ਬੰਦਾ ਜਿਹਦੇ ਨਾਲ ਇਹਦੀ ਲੜਾਈ ਹੋਈ ਹੈ ਜੀ, ਅਤੇ ਉਸੇ ਸੰਬੰਧ ਦੇ ਵਿੱਚ ਜਿਹੜਾ ਹੁਣ ਉਹਦੀ ਸਟੇਟਮੈਂਟ ਲੈ ਕੇ ਅਸੀਂ ਜੋ ਵੀ ਕਾਰਵਾਈ ਹੈ ਤੁਹਾਨੂੰ ਦੱਸਾਂ। ਇੰਦਰਜੀਤ ਕਿਸੇ MLA ਦਾ ਰਿਸ਼ਤੇਦਾਰ ਹੈ ਜੀ? ਇਹਦੇ ਬਾਰੇ ਅਸੀਂ ਅਜੇ ਨਹੀਂ ਕੁਛ ਕਹਿ ਸਕਦੇ, ਇਹ ਸਾਰਾ ਪਤਾ ਲੱਗੇਗਾ, ਸਿਰਫ ਇਹਨਾਂ ਨੇ ਇੰਦਰਜੀਤ ਦੱਸਿਆ, ਉਹਦਾ ਸਨ ਆਫ ਦੂਜਾ ਤੀਜਾ ਸਾਰਾ ਪਤਾ ਕਰਕੇ ਜੋ ਵੀ ਹੋਏਗਾ ਇੰਦਰਜੀਤ। ਵਜ੍ਹਾ ਰਣਜੀਤ ਸਰ ਹੈ ਜੀ? ਵਜ੍ਹਾ ਰਣਜੀਤ ਸਰ, ਇਹਨਾਂ ਦੀ ਕੋਈ ਗੱਡੀ ਇੱਥੇ ਲਾਗੇ ਸਰਵਿਸ ਸਟੇਸ਼ਨ ਹੈ, ਅਤੇ ਇੱਕ ਉਹਨਾਂ ਦਾ ਆਫਿਸ ਹੈ, ਕਿਤੇ ਗੱਡੀ ਜਦੋਂ ਧੋਂਦੇ ਆ ਆਫਿਸ ਉੱਥੇ ਕੋਈ ਆਫਿਸ ਦਾ ਇਹਦਾ ਇੰਦਰਜੀਤ ਦਾ ਜੀ ਜੋ ਇਹਨਾਂ ਨੇ ਦੱਸਿਆ, ਉਹਦੇ ਤੋਂ ਇਹਨਾਂ ਦੀ ਕੋਈ ਹੋਈ ਹੈ ਫਿਲਹਾਲ? ਇਹਦੀ ਸਾਜਨ ਦੀ ਹਾਲਤ ਕਿਸਾਂ ਦੀ ਹੈ? ਠੀਕ ਹੈ ਜੀ, ਅਜੇ ਠੀਕ ਹੈ ਜੀ, ਅਲਟਮ ਡੇਂਜਰ ਹੈ ਬਟ ਕਰ ਰਹੇ, ਟ੍ਰੀਟਮੈਂਟ ਚੱਲ ਰਿਹਾ ਉਹਦਾ। ਅਤੇ ਪਰਚਾ ਰਜਿਸਟਰ ਕਰ ਰਹੇ? ਆਪਾਂ ਸਟੇਟਮੈਂਟ ਲੈ ਰਹੇ ਹਾਂ ਜੀ, ਹੁਣ ਸਟੇਟਮੈਂਟ ਲੈ ਰਹੇ, ਸਟੇਟਮੈਂਟ ਲੈ ਕੇ ਹੁਣ ਸਰ ਕਿੰਨੇ ਗਨ ਸ਼ਾਟ ਫਾਇਰ ਹੋਏ ਸੀ ਜੀ? ਇਹਦੇ ਬਾਰੇ ਹਜੇ ਜੀ ਸਟੇਟਮੈਂਟ ਲੈਣ ਤੋਂ ਬਾਅਦ ਹੀ ਦੱਸ ਸਕਦੇ ਹਾਂ, ਸਟੇਟਮੈਂਟ ਲੈ ਕੇ ਨਾ ਜੀ, ਸਟੇਟਮੈਂਟ ਲੈ ਕੇ ਉਹਨੂੰ ਫਿਰ ਮੈਡੀਕਲ ਲੀਗਲੀ ਕੋਰੈਬੋਰੇਟ ਕਰਕੇ ਫਿਰ ਹੀ ਦੱਸ ਸਕਦੇ। ਇਹਦੇ ਗੋਲੀ ਕਿੱਥੇ ਲੱਗੀ ਸਾਜਨ ਦੇ ਸਰ? ਪਰਿਵਾਰ ਲੱਤੇ ਲੱਗੀ ਹੈ ਜੀ, ਪਰਿਵਾਰਿਕ ਨਲਾਂ ਦੇ ਵਿੱਚ ਨਾ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਵਿਧਾਇਕ ਦੇ ਸਾਲੇ ਵੱਲੋਂ ਜਿਹੜਾ ਸਾਰਾ ਕੁਝ ਇਹ ਘਟਨਾ ਨੂੰ ਜੋ ਇੰਦਰਜੀਤ ਇਹਨਾਂ ਨੇ ਦੱਸਿਆ, ਜਿਹੜਾ ਵੀ ਹੈ ਕਲਪਰੇਟਾ ਉੱਤੇ ਐਕਸ਼ਨ ਹੋਏਗਾ, ਉੱਤੇ ਕੇਸ ਰਜਿਸਟਰ ਹੋਣ ਲੱਗਿਆ ਹੁਣ। ਕਹਿੰਦੇ ਕਿ ਪ੍ਰੈਸ਼ਰ ਨਾ ਹੋਵੇ ਕਿਤੇ ਸਰਕਾਰ ਦਾ? ਬਿਲਕੁਲ ਜੀ, ਕੋਈ ਪ੍ਰੈਸ਼ਰ ਨਹੀਂ ਜੀ ਇਹਦੇ, ਚਾਹੇ ਜੀ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਗੁੰਡਾਗਰਦੀ ਆ ਕੋਈ ਵੀ ਬਰਦਾਸ਼ਤ। ਕੈਮਰੇ ਵੀ ਲੱਗੇ? ਹਾਂ, ਸਾਰਾ ਅਸੀਂ ਉੱਥੇ ਟੀਮਸ ਲੱਗੀਆਂ ਨੇ, CCTV ਦੀ ਫੁਟੇਜ ਵਗੈਰਾ ਲੈ ਰਹੀਆਂ ਨੇ, ਜਿਹੜੇ ਵੀ ਹੋਣਗੇ ਸਾਰੇ ਬੁੱਕ ਕੀਤੇ ਜਾਣਗੇ। ਹਜੇ ਇੱਕ ਸਰ ਕੋਈ ਮਾਮਲਾ ਦਰਜ ਕੀਤਾ ਗਿਆ? ਮਾਮਲਾ ਸਟੇਟਮੈਂਟ ਲਿਖ ਰਹੇ ਹਾਂ ਜੀ, ਉਹਦੇ ਫਾਦਰ ਦੀ ਸਟੇਟਮੈਂਟ ਲਿਖ ਰਹੇ ਹਾਂ, ਉਹ ਚੱਲ ਰਹੀ ਹੈ, ਬਸ ਸਟੇਟਮੈਂਟ ਜਸਟ ਹੁਣੇ ਹੀ ਲੱਗਾ ਪਤਾ, ਅਸੀਂ ਆ ਗਏ ਹੁਣ ਸਟੇਟਮੈਂਟ ਲੈ ਕੇ ਜੋ ਕਾਰਵਾਈ ਹੋਈ ਗ੍ਰਿਫਤਾਰੀ ਹੋਈ ਸਰ ਇਸ ਮਾਮਲੇ ਵਿੱਚ? ਇਹ ਤਾਂ ਤੁਹਾਨੂੰ ਮੈਂ ਦੱਸ ਰਿਹਾ ਜੀ, ਹਜੇ ਤਾਂ ਸਾਨੂੰ ਪਤਾ ਹੀ, ਤੁਹਾਨੂੰ ਮੈਂ ਬਾਰੇ ਹੋਏ ਦੱਸ ਰਿਹਾ ਵੀ ਜਸਟ ਪਤਾ ਹੀ ਲੱਗਾ ਵੀ ਜਿੰਨਾ ਕੁ ਟਾਈਮ ਤੁਹਾਨੂੰ ਹੋਇਆ ਵਾ ਇੰਨਾ ਕੁ ਟਾਈਮ ਹੀ ਮੈਨੂੰ ਹੋਇਆ ਸਟੇਟਮੈਂਟ ਲੈ ਕੇ ਇੰਦਰਜੀਤ ਬਾਰੇ ਪਤਾ ਲੱਗਾ, ਜਸਟ ਸਿਰਫ ਇਹਨਾਂ ਨੇ ਇੰਦਰਜੀਤ ਦਾ ਨਾਂ ਦੱਸਿਆ, ਉਹਦੇ ਵੇਅਰ ਅਬਾਊਟਸ ਫਾਦਰ ਦਾ ਨਾਂ ਜਾਂ ਦੂਜਾ ਉਹ ਨਹੀਂ ਪਤਾ, ਉਹ ਵੀ ਅਸੀਂ ਸਾਰਾ ਕਰਕੇ ਪਤਾ ਆਪਣੇ ਤੌਰ 'ਤੇ ਅਸੀਂ ਲੱਗੇ ਸਾਰਾ ਅਸੀਂ ਇੰਦਰਜੀਤ ਇਕੱਲਾ ਸੀ, ਹੋਰ ਵੀ ਕਹਿੰਦੇ ਨਾਲ ਸਾਥੀ ਵੀ ਸੀ? ਹਾਂ, ਕਹਿੰਦੇ ਦੋ ਚਾਰ ਬੰਦੇ ਉਹਦੇ ਨਾਲ ਹੋਰ ਸੀਗੇ। ਹਾਂਜੀ, ਉਹ ਵੀ ਸਾਰਾ ਪਤਾ ਕਰਾਂਗੇ ਜੀ, CCTV ਫੁਟੇਜ ਅਸੀਂ ਦੇਖ ਕੇ ਉਹ ਵੀ ਆਈਡੈਂਟੀਫਾਈ ਕਰਕੇ ਪੁਲਿਸ ਵੱਲੋਂ ਇਨਸਾਫ ਪੂਰਾ ਮਿਲੇਗਾ ਜੀ। ਬਿਲਕੁਲ ਜੀ, ਬਿਲਕੁਲ ਬਿਲਕੁਲ।